ਬਠਿੰਡਾ ਪੁਲਿਸ ਨੇ ਵਪਾਰੀ ਤੋਂ ਫਰੌਤੀ ਮੰਗਣ ਵਾਲੇ ਦੋ ਵਿਅਕਤੀਆਂ ਨੂੰ ਅਸਲੇ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸਐਸਪੀ ਅਮਨੀਤ ਕੌਂਡਲ ਦਾ ਕਹਿਣਾ ਹੈ ਕਿ ਥਾਣਾ ਸਿਵਲ ਲਾਈਨ ਵਿਖੇ ਮਦਈ ਨੇ ਆਪਣੇ ਬਿਆਨ ਦਰਜ ਕਰਵਾਏ ਸਨ ਕਿ 16/9 ਦੀ ਰਾਤ ਨੂੰ ਉਸ ਦੇ ਮੋਬਾਈਲ ਤੇ ਵਟਸਐਪ ਕਾਲ ਰਾਹੀਂ ਫਰੌਤੀ ਮੰਗੀ ਗਈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਦਵਿੰਦਰ ਬੰਬੀਹਾ ਗਰੁੱਪ ਦਾ ਮੈਂਬਰ ਦੱਸਿਆ ਹੈ। ਇਸ ਮੌਕੇ ਤੇ ਉਸ ਨੇ ਧਮਕੀ ਦਿੱਤੀ ਹੈ। ਪਤਾ ਲੱਗਾ ਹੈ ਕਿ ਰਵਿੰਦਰ ਸਿੰਘ ਉਰਫ ਗੋਲੂ ਮਦਈ ਦੀ ਕੰਪਨੀ ਵਿੱਚ 2-3 ਮਹੀਨੇ ਪਹਿਲਾਂ ਸੁਪਰਵਾਈਜ਼ਰ ਦਾ ਕੰਮ ਕਰਦਾ ਸੀ, ਜਿਸ ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦਾ ਪਰਪਸ ਤੁਹਾਨੂੰ ਬੁਲਾਉਣ ਦਾ ਹੈ ਕਿ ਬਠਿੰਡਾ ਪੁਲਿਸ ਨੇ ਬੀਤੇ ਦਿਨੀ ਇੱਕ ਫਿਰੌਤੀ ਦੀ ਕਾਲ ਆਈ ਸੀਗੀ ਕਿ ਬਿਜ਼ਨਸਮੈਨ, ਉਹਦੇ ਤਹਿਤ ਅਸੀਂ ਇੱਕ ਐਕਸਟੋਰਸ਼ਨ ਦਾ ਪਰਚਾ ਅੰਡਰ ਸੈਕਸ਼ਨ 308(2) ਔਰ 351(3) BNS ਜਿਹੜਾ ਇਕੁਅਲੈਂਟ 384(500) 'ਚ IPC ਦਾ ਮਤਲਬ FIR ਨੰਬਰ 138 ਦਰਜ ਕੀਤਾ ਸੀਗਾ ਸਿਵਲ ਲਾਈਨਸ ਬਠਿੰਡੇ ਥਾਣੇ 'ਚ। ਇਹ 16 ਤਰੀਕ ਨੂੰ ਜੀ ਜਿਹੜਾ ਮੁਦਈਆ ਨੂੰ ਅਰਾਊਂਡ ਦੁਪਹਿਰੇ 3 ਵਜੇ ਇੱਕ ਵਟਸਐਪ ਕਾਲ ਆਈ ਸੀਗੀ ਜਿਹਦੇ 'ਚ ਕਾਲਰ ਕਹਿ ਰਿਹਾ ਸੀ ਕਿ ਮੈਂ ਦਵਿੰਦਰ ਬੰਬੀਹਾ ਗਰੁੱਪ ਨੂੰ ਬਿਲੋਂਗ ਕਰਦਾ ਔਰ ਜਿਵੇਂ ਪਿੱਛੇ ਹਰਮਨ ਕੁਲਜੇ ਵਾਲੇ ਦਾ ਕਤਲ ਹੋਇਆ ਸੀ, ਜੇ ਤੂੰ ਮੈਨੂੰ ਪੈਸੇ ਨਾ ਦਿੱਤੇ ਤੇਰਾ ਵੀ ਉਹੀ ਹਾਲ ਹੋਏਗਾ। ਤੋ ਵਿਕਟਿਮ ਨੇ ਜਦੋਂ ਸਾਨੂੰ ਰਿਪੋਰਟ ਕੀਤਾ ਤੇ ਅਸੀਂ ਜਿਹੜਾ ਮੈਂ ਤੁਹਾਨੂੰ FIR ਨੰਬਰ ਦੱਸਿਆ ਉਹ ਅਸੀਂ ਪਰਚਾ ਦਰਜ ਕੀਤਾ ਤੇ ਹੋਲ ਕੇਸ ਸਿੰਸ ਇਟਸ ਅ ਵੈਰੀ ਸੀਰੀਅਸ ਕੇਸ ਤੇ SPD ਇਹਨੂੰ ਲੀਡ ਕਰ ਰਹੇ ਸੀ ਸਾਰੀ ਤਫਤੀਸ਼ ਨੂੰ। ਇਹਨਾਂ ਨੇ DSP City 2 ਸਰਬਜੀਤ ਬਰਾੜ, DSPD ਰਾਜੇਸ਼, SHO ਸਿਵਲ ਲਾਈਨਸ ਔਰ CIA 1 ਦੀ ਟੀਮ ਨੂੰ ਇਸ ਕੇਸ 'ਚ ਲਾਇਆ ਸੀ ਤੇ ਸਾਡੀ ਟੀਮ ਨੇ ਟੈਕਨੀਕਲੀ ਔਰ ਹਿਊਮਨ ਨੀਡ 'ਤੇ ਕੰਮ ਕਰਦੇ ਹੋਏ ਇਹਦੇ 'ਚ ਦੋ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਨਾਮਜ਼ਦ ਕੀਤਾ। ਇੱਕ ਦਾ ਨਾਂ ਹੈ ਜੀ ਪਰਮਿੰਦਰ ਸਿੰਘ ਉਸ ਗੋਲੂ, ਇਹ ਗਿੱਦੜਬਾਹਾ ਮੁਕਤਸਰ ਸਾਹਿਬ ਦਾ ਰਹਿਣ ਵਾਲਾ, ਔਰ ਜਿਹੜਾ ਦੂਜਾ ਦੋਸ਼ੀ ਹੈ ਉਹਦਾ ਨਾਂ ਹੈ ਸੁਸ਼ੀਲ ਕੁਮਾਰ ਉਸ ਟਿਕੋਲ, ਇਹ ਰਹਿਣ ਵਾਲਾ ਹੈਗਾ ਜੀ ਚੌਟਾਲਾ ਜ਼ਿਲ੍ਹਾ ਸਿਰਸਾ ਹਰਿਆਣੇ ਦਾ। ਸੋ ਇਹਨਾਂ ਨੂੰ CIA 1 ਦੀ ਟੀਮ ਨੇ 18 ਤਰੀਕ ਨੂੰ ਨਹਿਰ ਪਟੜੀ ਪਿੰਡ ਗੋਬਿੰਦਪੁਰਾ ਜਾਂਦੇ ਰਸਤੇ ਤੋਂ ਗ੍ਰਿਫਤਾਰ ਕੀਤਾ ਤੇ ਇਹਨਾਂ ਪਾਸੋਂ 1 ਪਿਸਟਲ, 32 ਬੋਰ ਦੇਸੀ ਅਲੋਂਗ ਵਿਦ 4 ਲਾਈਵ ਰਾਊਂਡਸ ਬਰਾਮਦ ਹੋਈ ਹੈ। ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਅੱਜ ਜਿਹੜੇ ਦੋਨੋਂ ਅਕਿਊਜ਼ਡ ਹੈ ਇਹਨਾਂ ਨੇ ਮੁਦਈ ਦੇ ਘਰ ਦੇ ਗੇਟ 'ਤੇ ਫਾਇਰਿੰਗ ਕਰਨੀ ਸੀ ਉਹਨੂੰ ਇੰਟਿਮੀਡੇਟ ਕਰਨ ਲਈ, ਔਰ ਇਹਨਾਂ ਦੇ ਇਨਸ਼ਾਪ ਤੋਂ ਜਿਹੜੀ ਮੋਬਾਈਲ ਜਿਸ ਤੋਂ ਇਹਨਾਂ ਨੇ ਵਟਸਐਪ ਕਾਲ ਕੀਤੀ ਸੀ ਮੁਦਈ ਨੂੰ ਉਹ ਵੀ ਰਿਕਵਰ ਹੋ ਗਿਆ। ਔਰ ਜਿਹੜਾ ਇਹਨਾਂ 'ਚੋਂ ਇੱਕ ਦੋਸ਼ੀ ਹੈ ਜੀ ਪਰਮਿੰਦਰ ਸਿੰਘ, ਇਹ ਜਿਹੜਾ ਵਿਕਟਿਮ ਹੈ ਉਹਦੇ ਨਾਲ 2-3 ਮਹੀਨੇ ਪਹਿਲਾਂ ਉਹਦੇ ਨਾਲ ਕੰਮ ਕਰਦਾ ਸੀਗਾ। ਸੋ ਇਹਨੂੰ ਪਤਾ ਸੀ ਵੀ ਇਹਨੇ ਕੋਈ ਪ੍ਰੋਪਰਟੀ ਜੋ ਇਹਦੇ ਕੋਲ ਕੈਸ਼ ਹੈ ਜਾਂ ਇਨਕਮ ਕਿੰਨੀ, ਇਸ ਕਰਕੇ ਇਹਨੇ ਪਲਾਨ ਕਰਕੇ ਸੁਸ਼ੀਲ ਕੁਮਾਰ ਉਸ ਟਿਕੋਲ ਦੇ ਨਾਲ ਇਹ ਸਾਰੀ ਸਾਜਿਸ਼ ਰਚੀ ਔਰ ਇਸ ਤਰ੍ਹਾਂ ਇਹਨੂੰ ਐਕਸਟੋਰਸ਼ਨ ਕਾਲ ਕਰਕੇ ਡਰਾਇਆ। ਔਰ ਇਹਨਾਂ ਦੋਨਾਂ ਹੀ ਅਕਿਊਜ਼ 'ਤੇ ਜੀ ਕ੍ਰਿਮੀਨਲ ਹਿਸਟਰੀ ਹੈ। ਜਿਹੜਾ ਪਰਮਿੰਦਰ ਸਿੰਘ ਗੋਲੂ ਹੈ ਇਹਦੇ 'ਤੇ ਪੁਰਾਣੇ 2 ਪਰਚੇ, ਇੱਕ 307 ਦਾ ਪਰਚਾ ਇਹਦੇ 'ਤੇ ਸਿਰਸਾ 'ਚ ਹੈਗਾ ਔਰ ਇੱਕ 336(506), 148, 149 ਦਾ ਗਿੱਦੜਬਾਹੇ ਦਾ ਹੈਗਾ 2016 ਦਾ, ਜਿਸ ਕੇਸ 'ਚ ਇਹ ਪ੍ਰੋਕਲੇਮਡ ਓਫੈਂਡਰ ਹੈ PO ਹੈ। ਔਰ ਜਿਹੜਾ ਸੁਸ਼ੀਲ ਕੁਮਾਰ ਉਰਫ ਟਿਕੋਲ ਹੈ ਇਹਦੇ 'ਤੇ ਪਹਿਲਾਂ 3 ਪਰਚੇ ਦਰਜ ਹੈ ਵਿਚ ਇਨਕਲੂਡਸ 2 ਆਰਮਸ ਐਕਟ ਕੇਸਿਸ, 2 ਸਦਰ ਡੱਬਵਾਲੀ ਦੇ ਹੈ ਅਤੇ 1 ਥਾਣਾ ਸੰਗਰੀਆ, 3 ਹਰਿਆਣੇ ਦੇ ਪਰਚੇ, 1 ਲੜਾਈ ਝਗੜੇ ਦਾ, 2 ਆਰਮਸ ਐਕਟ ਦੇ। ਸੋ ਇਸ ਤਰ੍ਹਾਂ ਸਾਡੀ ਟੀਮ ਨੇ ਬਹੁਤ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਇੱਕ ਐਕਸਟ੍ਰੋਸ਼ਨ ਕੇਸ ਟਰੇਸ ਕੀਤਾ ਜਿਨ੍ਹਾਂ ਨੇ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਕਰ ਸਕਦੇ ਸੀ ਪੈਸੇ ਲੈਣ ਦੀ ਆੜ 'ਚ। ਮੈਮ ਇਹ ਜੇ ਗੱਲ ਕਰੀਏ ਇਹਨਾਂ ਦੇ ਲਗਭਗ ਸੋਰੀ ਵਨ ਮੋਰ ਥਿੰਗ
ਪਿਸਟਲ ਵੀ ਰਿਕਵਰ ਹੋਈ ਹੈ, ਮੋਬਾਈਲ ਵੀ, ਔਰ ਇੱਕ ਮੋਟਰਸਾਈਕਲ ਵਿਦਾਊਟ ਨੰਬਰ, ਇਹ ਰਿਕਵਰੀ ਇਸ ਕੇਸ ਦੀ। ਇਹਨਾਂ ਦੇ ਹਾਂਜੀ, ਮੁਕੱਦਮੇ ਹਰਿਆਣੇ ਦੇ ਨੇ ਵੀ, ਹਰਿਆਣੇ 'ਚ ਐਕਟਿਵ ਸੀ ਜਾਂ ਪੰਜਾਬ ਸੀਗੇ? ਇਹਨਾਂ 'ਚੋਂ ਜੀ ਇੱਕ ਦੋਸ਼ੀ ਹੈ ਹੀ ਹਰਿਆਣੇ ਨੂੰ ਬਿਲੋਂਗ ਕਰਦਾ, ਔਰ ਯੈਸ ਜਿਹੜਾ ਪਰਮਿੰਦਰ ਹੈ ਉਹਦੇ 'ਤੇ ਵੀ ਇੱਕ ਪਰਚਾ ਸਿਰਸੇ ਹੈਗਾ, ਬਟ ਇਹ ਤਫਤੀਸ਼ ਪਤਾ ਰਿਮਾਂਡ ਲੈ ਕੇ ਪਤਾ ਲੱਗੇਗਾ ਕਿੰਨੇ ਐਕਟਿਵ ਇਸ ਸਾਈਡ ਸੀ, ਕਿਉਂਕਿ ਅਡਜੋਇਨਿੰਗ ਹੈ ਏਰੀਆ। ਇਹ ਦਵਿੰਦਰ ਗਰੁੱਪ ਨਾਲ ਹੈ ਜਾਂ ਉਹਨਾਂ ਨਾਲ ਹੀ ਵਰਤ ਰਹੇ ਸੀ? ਜਿਹੜਾ ਜੀ ਇਹ ਸੁਸ਼ੀਲ ਕੁਮਾਰ ਹੈ ਇਹਦਾ ਅਸੀਂ ਦੇਖਾਂਗੇ, ਜਿਹੜਾ ਪਰਮਿੰਦਰ ਹੈ ਉਹ ਤਾਂ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ 'ਚ ਤਾਂ ਨਹੀਂ ਪਤਾ ਲੱਗਿਆ, ਬਟ ਇਹ ਦੂਜੇ ਦੀ ਕ੍ਰਿਮੀਨਲ ਹਿਸਟਰੀ ਜ਼ਿਆਦਾ, ਸੋ ਇਹ ਅਸੀਂ ਵੈਰੀਫਾਈ ਕਰਾਂਗੇ ਕਿੰਨਾ ਕੁ ਇਹਦਾ ਉਸ ਗਰੁੱਪ ਦੇ ਨਾਲ ਰੋਲ ਹੈ। ਮੈਡਮ ਪਰਮਿੰਦਰ ਹੈ ਜਿਹੜਾ ਪਹਿਲਾਂ ਆਰੋਪੀ ਸੀਗਾ, ਪਹਿਲਾਂ ਕੋਈ ਪਰਚੇ ਸੀ, ਪੀਓ ਸੀਗਾ, ਜਦੋਂ ਇਸ ਵਿਅਕਤੀ ਨੇ ਉਹਨੂੰ ਕੰਮ ਤੇ ਰੱਖਿਆ, ਉਹਦੀ ਵੈਰੀਫਿਕੇਸ਼ਨ ਨਹੀਂ ਕੀਤੀ ਵੀ ਇਹ ਬੰਦਾ ਮੈਂ ਰੱਖ ਰਿਹਾ, ਸੁਪਰਵਾਈਜ਼ਰ ਰੱਖ ਰਿਹਾ, ਤੁਸੀਂ ਦੱਸ ਲਓ ਵੀ ਤੂੰ ਰਿਚ ਮੈਨ ਆ ਜਿਹੜੇ ਰੱਖਿਆ ਹੋਇਆ ਸੀ, ਇਹ ਲੱਗਦਾ ਨਹੀਂ ਪਹਿਲਾਂ ਉਹ ਜਦੋਂ ਥੋੜੇ ਵੈਰੀਫਿਕੇਸ਼ਨ ਕਰਨੀ ਕਿਹਨੂੰ ਬੰਦ ਰੱਖਿਆ ਸੀਗਾ, ਪਰ ਉਹਦੇ ਪੀਓ ਵੀ ਹੈਗਾ ਉਹ। ਇਹ ਤਾਂ ਜੀ ਹੁਣ ਸਾਨੂੰ ਜਦੋਂ ਉਹਨੂੰ ਫੜਿਆ ਇਹਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਚੈੱਕ ਕੀਤੀ ਉਦੋਂ ਪਤਾ ਲੱਗਿਆ, ਬਟ ਯੈਸ ਇਹ ਸਾਰਿਆਂ ਲਈ ਇੱਕ ਲਰਨਿੰਗ ਹੈ ਕਿ ਕਈ ਵਾਰੀ ਅਸੀਂ ਜਿਸ ਕਿਸੇ ਨੂੰ ਰੱਖਦੇ ਹਾਂ ਤਾਂ ਉਹਦੀ ਕੀ ਕ੍ਰਿਮੀਨਲ ਹਿਸਟਰੀ ਹੈ ਨਹੀਂ ਪਤਾ ਹੁੰਦੀ, ਬਿਕਾਜ਼ ਕਮਿਊਨਿਟੀ ਜਾਂ ਪ੍ਰਾਈਵੇਟ ਸਿਟੀਜ਼ਨਸ ਨੇ। ਮੈਂ ਦੋਨੋਂ ਬੰਦਿਆਂ ਨੂੰ ਹੈ ਕਿ ਜੇਲ੍ਹ 'ਚ ਵੀ ਰੱਖਿਆ ਹੈ, ਸੋਰੀ ਦੋਨੋਂ ਬੰਦਿਆਂ ਨੂੰ ਜੇਲ੍ਹ 'ਚ ਰੱਖਿਆ, ਕਿਉਂਕਿ ਲਾਸਟ 2011 2016 ਐਕਟਿਵ ਸੀਗੇ, ਉਸ ਤੋਂ ਅਚਾਨਕ 2024 ਚ ਹੋਇਆ, ਤਾਂ ਉੱਥੇ ਕੋਈ ਗਰੁੱਪ ਨਾਲ ਮਿਲੇ ਆ ਜਿਸ ਨੂੰ? ਇਹ ਸਾਰੀ ਚੀਜ਼ਾਂ ਜੀ ਹਰੇ ਬਹੁਤ ਹੀ ਪ੍ਰੀਲਿਮਿਨਰੀ ਆ ਮੇਰੇ ਲਈ ਕਮੈਂਟ ਕਰਨ ਲਈ, ਅਸੀਂ ਇੱਕ ਵਾਰੀ ਰਿਮਾਂਡ ਲੈ ਲਈਏ ਫਿਰ ਹੀ ਕਲੀਅਰ ਕਰਾਂਗੇ। ਇਹ ਤਾਂ ਜੀ ਮੈਂ ਹਲੇ ਨਹੀਂ ਦੱਸ ਸਕਦੀ, ਬਿਕੋਜ਼ ਇਟ ਇਜ਼ ਅ ਨਿਊ ਕੇਸ, ਬਟ ਜਿਹੜਾ ਮੁਦਈ ਨੂੰ ਉਹਨਾਂ ਨੇ ਫੋਨ ਤੇ ਦੱਸਿਆ ਮੈਂ ਤਾਂ ਤੁਹਾਨੂੰ ਉਹੀ ਦੱਸ ਰਹੀ ਹਾਂ ਵੀ ਹੀ ਗੇਵ ਰੈਫਰੈਂਸ ਟੂ ਦੈਟ ਕੇਸ, ਵੀ ਜੇ ਤੂੰ ਸਾਨੂੰ ਨਹੀਂ ਪੈਸੇ ਦਿੱਤੇ ਤਾਂ ਤੇਰਾ ਉਹੀ ਹੱਲ ਕਰਾਂਗੇ। ਫਿਰੌਤੀ ਕਿੰਨੇ ਦੀ ਮੰਗੀ ਗਈ ਸੀ? ਫਿਰੌਤੀ ਜੀ ਆਈ ਡੋਨਟ ਵਾਂਟ ਟੂ ਰਿਵੀਲ, ਬਟ ਕਿਉਂਕਿ ਔਨ ਦਾ ਰਿਕੁਐਸਟ ਆਫ ਦਰਬਾਰ ਇਹਨੇ ਤੋਂ ਹਰੇ ਕੋਲ ਹਟਾਇਆ ਕਿ ਅਸੀਂ ਸੁਪਰ ਵੀ ਨਹੀਂ ਹੋ ਸਕਦਾ, ਉਸ ਦਾ ਬੰਦਾ ਤੇ ਇਸ ਤਰ੍ਹਾਂ ਕਰੇਜ ਦੇ ਲਈ ਬੜੇ ਕੰਮ ਕਰ ਰਿਹਾ ਸੀ। ਦੇਖੋ ਜੀ ਜੋ ਸਾਨੂੰ ਮੁਦਈ ਨੇ ਦੱਸਿਆ ਹੈ ਕੋਈ ਲੜਾਈ ਝਗੜੇ ਦੇ ਨੋਟ ਤੇ ਨਹੀਂ ਹਟਾਇਆ ਗਿਆ ਸੀ, ਬਟ ਲੋਕੀ ਰੰਜਿਸ਼ ਰੱਖਦੇ ਆ, ਉਹਨੂੰ ਪਤਾ ਸੀ ਵੀ ਉਹ ਕਿੰਨਾ ਕਿੰਨਾ ਉਹਦੇ ਕੋਲ ਪੈਸਾ ਹੈ, ਐਸੈਟ ਹੈ, ਸੋ ਇਹ ਸਾਨੂੰ ਹੁਣ ਤੱਕ ਪਤਾ ਲੱਗਿਆ। ਤੁਸੀਂ ਕੰਪਨੀ ਦਾ ਜ਼ਿਕਰ ਕਰ ਰਹੇ ਹੋ ਜੀ, ਕੀ ਜਿਹੜਾ ਹੈਗਾ, ਕਿਉਂਕਿ ਜਿਸ ਤਰ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈ ਇਹ ਜੇ ਬੰਦਾ ਦਾ ਰਿਕਵਰੀ ਵਾਸਤੇ ਰੱਖਿਆ, ਕਿ ਫਾਈਨਾਂਸ ਦਾ ਕੰਮ ਸੀ ਇਹਨਾਂ? ਮੈਂ ਰਿਵੀਲ ਨਹੀਂ ਕਰ ਸਕਦੀ, ਡੈਫੀਨੇਟਲੀ ਇਜ਼ ਅ ਬਿਜ਼ਨਸਮੈਨ, ਬਟ ਪਾਰਟਿਕੂਲਰਲੀ ਅਸੀਂ ਸਿਕਿਉਰਿਟੀ ਰੀਜ਼ਨਸ ਕਰਕੇ ਮੈਂ ਰਿਵੀਲ ਨਹੀਂ ਕਰ ਸਕਦੀ। ਕਾਲ ਇਹਨਾਂ ਨੇ ਕੀਤੀ ਹੈ ਜੀ 16 ਤਰੀਕ ਨੂੰ, ਔਰ ਅੱਜ 19 ਹੋ ਗਈ, ਤੇ ਅੱਜ 2 ਦਿਨਾਂ ਦਾ ਫਰਕ। ਉਹਨਾਂ ਦਾ ਇੱਕ ਜੋ ਮੈਨੂੰ ਪਤਾ ਲੱਗਿਆ ਬਠਿੰਡਾ ਨੂੰ ਬਿਲੋਂਗ ਕਰਦਾ ਸੀ ਜਿਹੜਾ ਫਰੀਦਕੋਟ ਜੇਲ੍ਹ 'ਚ ਹੈਗਾ, ਬਟ ਹਲੇ ਮੈਂ ਇਹਨੂੰ ਲਿੰਕ ਕਰਨ ਲਈ ਮੇਰੇ ਕੋਲ ਕੋਈ ਪੁਖਤਾ ਸਬੂਤ ਨਹੀਂ।